Fechou, né? Fechou, né? ਅਸਲਾਮ ਵਾਲੇਕੁਮ ਦੋਸਤੋ, ਅੱਜ ਜਨਾਬ ਬਰੋਜ਼ ਇਤਵਾਰ ਤੇ 5-10 ਦੀ ਵੀਡੀਓ ਤੇ ਤੁਸੀਂ ਵੇਖ ਰਹੇ ਹੋ ਯੂਟਿਊਬ ਚੈਨਲ ਮੁਜਤਬਾ ਗੋਟ ਫਾਰਮ ਲੁੱਡਨ। ਔਰ ਅੱਜ ਦੇ ਜਨਾਬ 14 ਬੱਕਰਾਂ ਦੀ ਲਾਟ ਹੈ, 14 ਬੱਕਰੇ ਜਨਾਬ 2025 ਦੀ ਕੁਰਬਾਨੀ ਤੇ ਲੱਗਣ ਵਾਲੇ ਨੇ। ਔਰ ਸਾਰੇ ਬੱਕਰੇ ਕੋਈ ਲਵੇਗਾ ਤੇ ਬਿਲਕੁਲ ਮੁਖਤਸਰ ਜਨਾਬ ਪੈਕੇਜ ਦੇਵਾਂਗੇ। ਕੋਈ ਜਨਾਬ 45-46 ਹਜ਼ਾਰ ਵਾਲਾ ਰੈਟ ਨਹੀਂ ਹੈ, ਬਿਲਕੁਲ ਅੱਜ ਸਸਤਾ ਪੈਕੇਜ ਹੈ, ਬਿਲਕੁਲ ਸਸਤਾ ਪੈਕੇਜ ਜਨਾਬ। ਇੱਕ ਇੱਕ ਜਾਨਵਰ ਕਰਕੇ ਵੀ ਖਾਵਾਂਗੇ ਤੇ ਗੁਜ਼ਾਰਿਸ਼ ਕਰਾਂਗਾ ਜਿਹੜੇ ਨਵੇਂ ਦੋਸਤ ਨੇ ਇਸ ਚੈਨਲ ਦੇ, ਅਗਰ ਹਾਲੇ ਤੱਕ ਉਹਨਾਂ ਇਸ ਚੈਨਲ ਮੁਜਤਬਾ ਗੋਟ ਫਾਰਮ ਲੁੱਡਾ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ, ਨਾਲ ਘੰਟੀ ਵੀ ਦਬਾਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦਾ ਰਹੇ। ਬੱਕਰੇ ਜਨਾਬ ਸਾਰੇ ਟੋਰ ਫੇਰ ਕੇ ਵੀ ਖਾ ਰਹੇ ਹੈ, ਕਿਸੇ ਕਿਸਮ ਦਾ ਕੋਈ ਨੁਕਸੈਬ ਨਹੀਂ ਹੋਏਗਾ, ਨਾ ਕੋਈ ਕੰਨ ਕੱਟਾ ਹੋਏਗਾ, ਨਾ ਕੋਈ ਸਿੰਘ ਟੁੱਟਾ ਹੋਏਗਾ, ਨਾ ਕੋਈ ਇੱਕ ਆਂਡੀ ਹੋਏਗਾ। ਸਾਰੇ ਜਨਾਬ ਬੱਕਰੇ ਸਿਹਤਮੰਦ ਨੇ, ਸਾਫ ਸੁਥਰੇ ਬੱਕਰੇ ਨੇ। ਇਹਨਾਂ 'ਚ ਦੋ ਬੱਕਰੇ ਜਿਹੜੇ ਨੇ ਉਹ 7-7 ਮਹੀਨਾ ਦੇ ਨੇ, ਬਾਕੀ ਸਾਰੇ ਬੱਕਰੇ 5-5, 6-6 ਮਹੀਨਾ ਦੇ, ਯਾਨੀ ਕਿ ਗਰੰਟੀ ਦੇ ਨਾਲ 2025 ਕੁਰਬਾਨੀ ਲੱਗਣ ਵਾਲੇ ਨੇ। ਅਤੇ ਲੋਕੇਸ਼ਨ ਹੈ ਲੁੱਡਨ ਸ਼ਹਿਰ ਜ਼ਿਲ੍ਹਾ ਵਿਆੜੀ, ਰਾਬਤਾ ਨੰਬਰ ਹੈ 0312-1692-0037। ਅੱਜ ਬੜਾ ਜ਼ਬਰਦਸਤ ਪੈਕੇਜ ਹੈ, ਜਾਣਾ ਨਹੀਂ ਕਿਧਰੇ, ਮੁਕੰਮਲ ਵੀਡੀਓ ਵੇਖਣੀ ਹੈ। ਔਰ ਤੋਹਫੇ ਨੇ ਤੋਹਫੇ, ਇਨਸ਼ਾਅੱਲਾ ਜਿਹੜਾ ਲਈ ਸੀ ਯਾਦ ਕਰਤੀ ਕਿ ਮੁਜਤਬਾ ਗੋਟ ਫਾਰਮ ਤੇ ਜਨਾਬ ਵਾਕਈ ਕੁਛ ਹੈ ਲੈ ਕੇ ਆਏ ਨੇ। ਔਰ ਦੇਸੀ ਬੱਕਰੇ ਨੇ ਮੱਖੀ ਚੀਨੇ ਮਦਰਸਾ ਕਲਰ ਵਾਲੇ ਜਨਾਬ, ਜਿਨ੍ਹਾਂ ਨੂੰ ਆਖਦੇ ਨੇ। ਬੜੇ ਦਿਨਾਂ ਤੋਂ ਬਾਅਦ ਦੋਸਤਾਂ ਵਾਸਤੇ ਅੱਜ ਲਾਟ ਲਿਆਂਦੀ ਹੈ, ਕਾਫੀ ਦੋਸਤ ਆਖ ਰਹੇ ਸਨ ਕਿ ਜਨਾਬ ਸਾਨੂੰ ਕੋਲ ਲਾਟ ਦਿਓ ਤੇ ਪੈਕੇ ਦਿਓ, 10 ਬੱਕਰਾਂ ਦੀ ਲਾਟ ਵੀ ਖਾਈਏ, 12 ਬੱਕਰਾਂ ਦੀ ਲਾਟ ਵੀ ਖਾਈਏ। ਅੱਜ 14 ਬੱਕਰਾਂ ਦੀ ਲਾਟ ਜਨਾਬ, ਟੋਰੋ ਖਾ ਸਰਕਾਰੀ ਟੋਰੋ ਖਾ, ਇਹਨਾਂ ਨੂੰ ਟੋਰ ਵੀ ਖਾਓ। ਇਹਦੇ 'ਚ ਇੱਕ ਬੀਤਲ ਹੈ, ਬਲੈਕ ਬੀਤਲ, ਕਾਲਾ ਚੀਨਾ ਵੀ ਹੈ, ਬਰਾਊਨ ਚੀਨਾ ਵੀ ਹੈ, ਨਾਗਰੇ ਕਲਰ ਦੇ ਵਿੱਚ ਵੀ ਹੈ, ਮਿਕਸ ਮਾਲ ਜਨਾਬ। ਔਰ ਬਿਹਤਰੀਨ ਪੈਕੇਜ ਜਨਾਬ ਦੋਸਤਾਂ ਵਾਸਤੇ, ਇਨਸ਼ਾਅੱਲਾ ਯਾਦ ਕਰਤੋ ਕਿ ਵਾਕਈ ਕੋਈ ਸ਼ਾਇ ਜਨਾਬ ਖਰੀਦੀਏ ਮੁਜਤਬਾ ਗੋਟ ਫਾਰਮ ਦੇ। ਔਰ ਜਨਾਬ ਇੱਕ ਇੱਕ ਕਰਕੇ ਲਓ ਜੀ, ਪਹਿਲੇ ਨੰਬਰ 'ਤੇ ਤੁਹਾਨੂੰ ਵਿਖਾ ਰਿਹਾ ਨਾਗਰੇ ਕਲਰ ਦੇ ਵਿੱਚ ਮਿਕਸ ਹੈਗਾ, ਪਿਓਰ ਨਾਗਰਾ ਨਹੀਂ ਹੈਗਾ, ਇਹ ਮੱਖੀ ਚੀਨੇ ਦੇ ਵਿੱਚ ਹੈਗਾ ਕਰਾਸ, ਯਾਨੀ ਕਿ ਨਾਗਰੇ ਕਲਰ ਦੇ ਵਿੱਚ। ਸੋ ਇਹ ਜਨਾਬ 35,000 ਦਾ ਮਿਲ ਸੀ, ਲਾਟ ਕੋਈ ਲਈ ਸੀ, ਲਾਟ ਪੂਰੇ 35,000 ਨੂੰ ਲਾਟ ਕਰ ਰਹੇ ਹੈ, ਲੇਕਿਨ ਫੈਨਰ ਰੈਡ ਨਹੀਂ ਹੈ, ਬਾਟਾ ਰੈਡ ਨਹੀਂ ਹੈ। 14 ਬੱਕਰਾਂ ਦੀ ਕੋਈ ਲਾਟ ਲਈ ਸੀ ਨਾ, 14 ਬੱਕਰਾਂ ਦੀ, ਜੋ 32,000 ਨੂੰ ਦੇ ਦੇ ਸਾਂ, ਸਾਰੇ 14 ਦੇ 14 ਜਨਾਬ, ਕੋਈ 35-40,000। ਹਾਂ ਇੱਕ ਦੋ ਲਈ ਸੀ ਉਹਨਾਂ ਦਾ ਰੈਡ ਲੈ ਦੋ ਸੀ, ਜਿਸ ਤਰੀਕੇ ਇਹ ਬੱਕਰਾ ਤੁਹਾਨੂੰ ਵਿਖਾ ਰਹੇ ਹਾਂ, ਇਹ ਵੇਖੋ ਜੀ, ਤੋੜ ਕੇ ਵਿਖਾ ਦੇਣੇ, ਕੰਨ ਨਹੀਂ ਪਕੜਾ ਦੇਦਾ, ਬੜਾ ਤੀਰ, ਇਹ ਵੇਖ ਵਿਖਾਓ ਜੀ, ਲਓ ਜੀ। ਦੂਸਰੇ ਨੰਬਰ ਆ ਜਨਾਬ ਕਾਲਾ ਚੀਨਾ, ਕੋਈ ਬੱਕਰਾ ਨਹੀਂ ਰਜਾਇਆ, ਕੋਈ ਕੋਈ ਨਹੀਂ, ਪਿੰਡਾਂ ਥਾਵਾਂ 'ਚੋਂ ਲੈ ਕੇ ਆਇਆ ਜਨਾਬ ਦੋਸਤਾਂ ਵਾਸਤੇ, ਦੋ ਦੋ ਤਰ੍ਹਾਂ ਤਰ੍ਹਾਂ ਜਿਵੇਂ ਲੱਭੇ, ਟੋਕਰੀ ਛੱਟੀ ਆਇਆ ਤੇ ਸਕੂਟਰ ਤੋਂ ਲਈ ਆਇਆ, ਦੋ ਦੋ ਤਰ੍ਹਾਂ ਤਰ੍ਹਾਂ ਕਰਕੇ ਚਾਹੀਏ ਤੇ 14 ਬੱਕਰੇ ਇਕੱਠੇ ਕੀਤੇ ਜਨਾਬ। ਤੇ ਦੇਖੋ ਸਾਰੇ ਖੀਰੇ ਬੱਕਰੇ, ਕੋਈ ਡੋਂਦਾ ਛੋਂਦਾ ਨਹੀਂ, ਇਹ ਵੀ ਜਨਾਬ 7 ਮਹੀਨਾ ਦਾ ਹੈ, ਬੇੜੀ ਜਿਹੜੀ ਉਮਰ ਹੋਏਗੀ ਇਨਸ਼ਾਅੱਲਾ ਉਹੀ ਹੋਏਗੀ। ਕੱਲਾ ਲਈ ਸੁਧ ਇਹ ਵੀ 35,000 ਦਾ, ਲਾੜ ਦੇ ਵਿੱਚ ਲਈ ਸੁਧ ਇਹ ਵੀ 32,000 ਦਾ, ਐਂਚ ਕਰੋ ਅੱਜ ਤੋਹਫੇ ਨੇ ਤੋਹਫੇ। ਔਰ ਸਸਤੀ ਲਾਟ, ਪੁਰਾਣੇ ਜ਼ਮਾਨੇ ਵਾਲੇ ਜਨਾਬ ਰਾਇਡ ਆਏ ਤੋਂ ਦਿੰਦੇ ਪਏ ਆ। ਔਰ ਯਾਦ ਰੱਖੋ ਵਾਕਈ ਜਨਾਬ ਕੁਛ ਲਈ ਔਰ ਬਣਾਉਣ ਵਾਲੀ ਚੀਜ਼ ਲੈਣ ਪਈਆਂ, ਇਹ ਵੀ ਟੋਰ ਕੇ ਵਿਖਾ ਦਿੰਦੇ ਹਾਂ। ਲਓ ਜੀ ਚੱਲ ਬਾਈ, ਚੱਲ ਹੈ ਤੇਰੀ ਖੈਰ, ਹੈਗੀ ਆਈ। ਤੀਸਰੇ ਨੰਬਰ ਵਾਲਾ ਜਨਾਬ ਬੱਕਰਾ, ਟਾਈਮ ਸਾਡੇ ਕੋਲ ਤਕਰੀਬਨ 6:30 ਪੌਣੇ 7 ਹੋਇਆ ਖਲਾ,
ਤੇ ਸਿਰਫ ਇਹ ਹਨੇਰਾ ਦੀਆਂ ਪਾਉਂਦਾ ਪਿਆ, ਮੈਂ ਕਿਹਾ ਦੋਸਤਾਂ ਨੂੰ ਵੀਡੀਓ ਬਣਾ ਕੇ ਜਲਦੀ ਜਲਦੀ ਵਿਖਾ ਦੇ ਆ। ਇਹ ਵੀ ਜਨਾਬ 7 ਮਹੀਨਾ ਦਾ, ਕੱਲਾ ਲਈ ਛੋ 35,000 ਦਾ, ਠੀਕ ਹੈ। ਲਾਡ ਦੇ ਵਿੱਚ ਇਹ ਵੀ 32,000, ਜਾ ਹੋਰ ਹੀ ਗੱਡ ਕਰਦੇ ਸਾ ਲਾਡ ਦੇ ਜਨਾਬ। ਜਦੋਂ ਰਾਬਤਾ ਕਰ ਸੋ ਪੂਰੀ 14 ਦੇ 14 ਬਕਰਾ ਲਾਡ ਹੋਰ ਵੀ ਕਮੀ ਬੇਸ਼ੀ ਕਰ ਰਹੇ ਸਾ, ਕੋਈ ਡੋਂਦਾ ਛੋਂਦਾ ਨਹੀਂ ਇਹਨਾਂ ਚੋਂ, ਕੋਈ ਕਿਸੇ ਕਿਸਮ ਦਾ ਨੁਕਸ ਹੈ ਨਹੀਂ, ਬਿਲਕੁਲ ਸਾਫ ਸੁਥਰੇ ਜਨਾਬ ਬੱਕਰੇ ਨੇ। ਇਹ ਹੈਗਾ 3rd number ਵਾਲਾ, ਜਿਹੜਾ ਪਸੰਦ ਆਵੇ ਸਕਰੀਨ ਸ਼ਾਟ ਲਓ, ਇੱਕ ਦੋ ਵੀ ਮਿਲ ਗਿਆ ਸੀ, ਇੱਕ ਦੋ ਦਾ ਰੇਟ ਲੈ ਦੋ ਸੀ, ਜਿਹੜੇ ਸ਼ਹਿਰ ਆਸੋ ਉਸੇ ਸ਼ਹਿਰ ਦੇ ਵਿੱਚ ਕਾਰਗੋ ਵੀ ਕਰਵਾ ਦੀ ਸਾਂ, ਠੀਕ ਹੋ ਗਈ ਆ। ਲਾਡ ਲਈ ਸੋ ਤੇ ਚੰਗੇ ਰੱਖੋ, ਨਾ ਲਾਡ ਲਈ ਸੋ ਇੱਕ ਦੋ ਲਈ ਸੋ ਤੇ ਫਿਰ ਮਰਜ਼ੀ ਦਾ ਰੇਟ ਉਸੀ, ਠੀਕ ਹੋ ਗਈ ਆ। ਲਓ ਜੀ ਇਹ ਵੀ ਚੈੱਕ ਕਰਾ ਦਿੰਦੇ ਆ, ਇੱਧਰ ਵੇਖ ਲਓ, ਇੱਕ ਇੱਕ ਵੀ ਤੋੜ ਕੇ ਵਿਖਾਇਆ, ਸਾਰੇ ਵਿਖਾਏ। ਚੌਥੇ ਨੰਬਰ ਵਾਲਾ ਤੋਹਫਾ ਆ ਗਿਆ, ਬਰਾਉਨ ਚੀਨਾ ਜਿਸ ਨੂੰ ਆਖਦੇ ਨੇ। ਇਹ ਹੈਗਾ ਜੇ 5 ਮਹੀਨਾ ਦਾ, 5 ਮਹੀਨੇ, ਕੁਆਲਿਟੀ ਚੈੱਕ ਕਰੋ, ਲੰਬੇ ਕੰਨ ਮਾਸ਼ਾਅੱਲਾ, ਚਿਪਟੇ ਸਿੰਘਾਂ ਦੇ। ਇਹ ਜਨਾਬ 10 ਫੁੱਟ ਦੀ ਦੂਰੀ ਤੋਂ ਤੁਹਾਨੂੰ ਵੀਡੀਓ ਬਣਾ ਕੇ ਵਿਖਾ ਰਿਹਾ, ਠੀਕ ਹੋ ਗਿਆ। ਕੋਈ ਜਨਾਬ ਜ਼ੂਮ ਸ਼ੂਮ ਨਹੀਂ, ਬੜੇ ਬੰਦਾ ਦੀ ਆਦਤ ਹੁੰਦੀ ਹੈ ਜਨਾਬ ਬਹਿ ਦੇ ਵੀਡੀਓ ਥੱਲੂ ਉੱਤਾ ਕੈਮਰਾ ਮਾਰ ਦੇਣ। ਆਪਣੀ ਉਹ ਗੱਲ ਨਾ ਸੀ, ਲਾਈਵ ਵੇਖੋ, ਲਾਈਵ ਵੀ ਉਹੇ ਜਾਨਵਰ ਹੋ ਸਨ, ਵੀਡੀਓ ਕਾਲ ਦੇ ਵੇਖੋ, ਵੀਡੀਓ ਕਾਲ 'ਤੇ ਵੀ ਉਹੇ ਜਾਨਵਰ ਹੋ ਸਨ। ਇਹ ਮੋਇਤਬਾ ਗੋਟ ਫਾਰਮ ਦੇ ਜਨਾਬ ਤੁਹਾਨੂੰ 14 ਬੱਕਰਾਂ ਦੀ ਲਾਡ ਵਿਖਾ ਰਹੇ, 4th number ਵਾਲਾ ਤੁਹਾਨੂੰ ਬੱਕਰਾ ਵਿਖਾਏ 5 ਮਹੀਨਾ ਦਾ, ਇਹ ਵੀ ਤੋਰ ਕੇ ਵਿਖਾ ਦਿੰਦੇ ਹਾਂ ਤੁਹਾਡੇ ਸਾਹਮਣੇ ਜਨਾਬ ਤੋਰ ਕੇ। ਲਓ ਜੀ 5ਵੇਂ number ਵਾਲਾ ਜਨਾਬ, ਪਹਿਲੇ ਵਿਖਾਇਆ 4th ਵਾਲਾ ਤੇ 5ਵੇਂ ਵਾਲਾ, ਦੋਵਾਂ ਦਾ ਤਕਰੀਬਨ ਥੋੜ੍ਹਾ ਬਹੁਤਾ ਰੰਗ ਮਿਲਦਾ ਹੈ। ਜੋੜਾ ਲਓ, 4 ਲਓ, 5 ਲਓ, 10 ਲਓ, 14 ਲਓ, ਜਿੰਨੇ ਮਰਜ਼ੀ ਜਨਾਬ ਜਨਾਬ ਬੱਕਰੇ ਲਓ। ਇਹ 5ਵੇਂ number ਵਾਲਾ, ਇਹ ਵੀ 5 ਮਹੀਨਾ ਦਾ ਹੈ ਜੀ, ਚੈੱਕ ਕਰੋ। ਜੋ ਚੀਜ਼ ਕਵਾਂਗੇ ਉਹੀ ਹੋਏਗੀ, ਕੋਈ ਜਨਾਬ ਧੋਖਾਬਾਜ਼ੀ ਨਹੀਂ ਹੋਏਗੀ, ਸਾਫ ਸੁਥਰੇ ਜਨਾਬ ਜਾਨਵਰ ਨੇ ਔਰ ਬਣਨ ਵਾਲੀਆਂ ਚੀਜ਼ਾਂ ਨੇ। ਛੈ ਤੁਸਾਂ ਖਵਾਉਣੀ ਹੈ, ਵੰਡਾ ਤੁਸਾਂ ਖਵਾਉਣਾ, ਚੀਜ਼ ਅਸਾਂ ਤੋਂਦੀ ਸਾਂ ਹੈ ਕਿ ਜਿਹੜੀ ਬਣਨ ਵਾਲੀ ਹੈ। ਛੈ ਚੰਗੀ ਹੋਵੇ, ਉਸ 'ਤੇ ਮਿਹਨਤ ਨਾ ਕਰੋ, ਉਹਨੂੰ ਖੁਰਾਕ ਨਾ ਦਿਓ ਤਾਂ ਕਦੇ ਵੀ ਨਹੀਂ ਬਣਦੀ। ਐ ਸੁੱਕੇ ਪੱਠੇ 'ਤੇ ਛਾੜ ਦਿਓ ਤਾਂ ਆਖੋ ਜਨਾਬ ਬੱਕਰਾ ਸਾਡਾ ਤਿਆਰ ਹੁੰਦਾ ਪਿਆ ਬੜਾ, ਨਾ ਕਿ ਕਦੇ ਵੀ ਨਹੀਂ ਤਿਆਰ ਹੁੰਦਾ ਜੇ। ਇਹ 5ਵੇਂ number ਵਾਲਾ ਹੈ ਜੇ, ਇੱਕ ਇੱਕ ਕਰਕੇ ਵੀ ਇਸੇ ਵਜ੍ਹਾ ਤੋਂ ਵਿਖਾ ਰਹੇ ਹਾਂ ਤਾਂ ਕਿ ਕੋਈ ਨਹੀਂ ਵੀ ਸਾਰੇ ਖਰੀਦ ਸਕਦਾ, ਤੇ ਕਈ ਐਸੇ ਸ਼ੁਕੀਨ ਵੀ ਉਹਨੇ ਸਾਡੇ ਦੋਸਤ ਆਉਂਦੇ ਜੀ ਨਾ ਵੇਖ ਕੇ ਕੱਟ ਦਿਖਾਓ। ਇਸ ਵਜ੍ਹਾ ਤੋਂ ਸਾਰੇ ਵੀ ਵਿਖਾਏ ਨੇ ਤੇ ਇੱਕ ਇੱਕ ਵੀ ਕਰਕੇ ਵਿਖਾ ਰਹੇ ਹਾਂ 5ਵੇਂ number ਵਾਲਾ। ਆ ਜਾ ਜੀ ਅੱਗੇ ਸਾਰੇ, ਹੁਣ ਇਸ ਕਲਰ ਦੇ ਤੁਹਾਨੂੰ ਬੱਕਰੇ ਲਿਖੇ ਸਨ, 10 ਬੱਕਰੇ ਖਲੋਤੇ ਨੇ, 5 ਹੋ ਗਏ, 10 ਬੱਕਰੇ ਹੁਣ ਇਸ ਕਲਰ ਦੇ ਸਾਰੇ ਜਨਾਬ, ਇਸ ਕਲਰ ਦੇ 10 ਦੇ 10, ਕੋਈ ਅਯੋ ਲੈ ਲਈ ਸੀ ਇਸ ਕਲਰ ਦੇ ਮਿਲ ਜਾਂਦੇ ਹਨ। ਜਿਸ ਤਰ੍ਹਾਂ ਦਾ ਜਾਨਵਰ ਕਹੋਗੇ ਉਸੇ ਤਰ੍ਹਾਂ ਦਾ ਵੀ ਇਨਸ਼ਾਅੱਲਾ ਮੋਇਤਬਾ ਗੋਟ ਫਾਰਮ ਦੇ। ਇੱਥੇ ਵੇਖੋ ਨਾ ਇਹਨਾਂ ਦੀ ਇਹ ਸ਼ਾਇਆ ਚੈੱਕ ਕਰੋ, ਇਹ ਚਮੜੀ ਵੇਖੋ ਜਦੋਂ ਜਾਨਵਰ ਲਓ, ਅਗਰ ਚਮੜੀ ਬਰੀਕ ਹੋਵੇ ਇੰਜ ਖਚੀਵੇ ਤੇ ਸਮਝ ਲਓ ਜਾਨਵਰ ਬਣਨ ਵਾਲਾ, ਠੀਕ ਹੈ। ਇਹ ਨਿਸ਼ਾਨੀਆਂ ਅਸਾਂ ਤੁਹਾਨੂੰ ਦਿਸਾਂ, ਲਓ ਜਿੱਥੋਂ ਮਰਦੋ ਮਰਦੀ ਜਿੱਥੋਂ ਲਓ, ਠੀਕ ਹੈ, ਜਿਹੜੀ ਜਗ੍ਹਾ ਤੋਂ ਜਿਹੜੇ ਮਰਦੀ ਫਾਰਮ ਤੋਂ ਲਓ, ਮੰਡੀ 'ਚ ਲਓ, ਜਿਹੋ ਜਿਹੇ ਮਰਦੀ ਲਓ ਕੁਆਲਿਟੀ ਅਸਾਂ ਤੁਹਾਨੂੰ ਦੱਸਾਂ। ਲਓ ਜੀ ਇਹ ਵੀ ਚੈੱਕ ਕਰ ਲਓ, ਇਹ ਹੈਗਾ ਜੇ 6ਵੇਂ number ਵਾਲਾ। ਹੁਣ ਅੱਗੇ ਜੇ ਆਪ 7ਵੇਂ number ਵਾਲਾ ਵੀ ਕਹਿੰਦੇ ਆ, ਤਕਰੀਬਨ ਇਸੇ ਕਲਰ ਦੇ ਹੀ ਹੋਰ ਤੁਹਾਨੂੰ ਬੱਕਰੇ ਵਿਖੇ ਹੋਣਗੇ। ਚੱਲ ਬਾਈ ਇਹ ਵੀ 5 ਮਹੀਨਾ ਦਾ ਜੀ, 5 ਮਹੀਨਾ ਦਾ। ਲਓ ਜੀ ਅੱਗੇ ਫਿਰ ਜਨਾਬ 7ਵੇਂ number ਵਾਲਾ ਆ ਗਿਆ ਜੀ, 7ਵੇਂ number ਵਾਲਾ। ਇਹ ਵੀ ਤੁਹਾਨੂੰ ਦੱਸਿਆ ਕਿ ਸਾਰੇ ਹਿੱਕੇ ਕਲਰ ਕੇ, ਜਿਹੜੀ ਕੀਮਤ ਦੀ ਹੋਏਗੀ ਇਨਸ਼ਾਅੱਲਾ ਪੂਰੀ ਲਾਟ ਦੀ ਹੋਏਗੀ, ਪੂਰੀ ਲਾਟ ਮੰਗਾ 35-35 ਹਜ਼ਾਰ ਤੇ 32-32 ਹਜ਼ਾਰ ਆਖਾ ਹੈ, ਜਿਹੜਾ ਪਹਿਲੇ ਕਾਲ ਕਰ ਸੀ ਇਸ ਤੋਂ ਵੀ ਘੱਟ ਕਰ ਲਈ ਸਾਂ। ਫੈਨ ਰੈਡ ਨਹੀਂ, ਬਾਟਾ ਰੈਡ ਨਹੀਂ ਹੈ ਅੱਜ ਦੀ ਲਾਟ ਦਾ, ਲੇਕਿਨ ਜਿਹੜਾ ਪਹਿਲੇ ਬੱਕਰੇ ਤੁਹਾਨੂੰ ਵੱਡੇ ਵੀ ਖਾਣ 7-7 ਮਹੀਨਾ ਦੇ, ਉਹ ਕੋ ਕੱਲੇ ਲਈ ਸੀ, ਫਿਰ ਉਹ 35-35 ਹਜ਼ਾਰ ਦੇ ਲਾਟ ਦੇ ਵਿੱਚ, ਉਹ ਵੀ ਤੁਹਾਨੂੰ 32 ਹਜ਼ਾਰ ਨੂੰ ਦੇ ਦਿਸਾਂ। ਇਹ 7ਵੇਂ number ਵਾਲਾ ਬੱਕਰਾ, ਇਹ ਚੈੱਕ ਕਰੋ ਚੱਲ ਬਾਈ।
ਜੀ 8ਵੇਂ ਨੰਬਰ ਵਾਲਾ ਆ ਗਿਆ ਜੀ। ਠੀਕ ਹੋ ਗਿਆ ਸਾਰੇ ਤੋਂ ਨਾ ਹਿੱਕੇ ਕਲਰ ਦੇਣ ਦੇ ਵਿਖੇ ਸਾਂ ਐਡ ਤੇ ਜਾਵਣਾ ਨੇ ਕਿਤੇ ਸ਼ੀਸ਼ ਨਾਗ ਵਿਖੇ ਸਾਂ ਕਾਲਾ ਸ਼ਾ ਕਾਲਾ ਬੱਕਰਾ ਤੁਹਾਨੂੰ ਵਿਖੇ ਸਾਂ ਬਲੈਕ ਵੀ ਤਾਰੇ ਚ ਉਹ ਵੀ ਜਨਾਬ ਕੋਈ ਤਾਂ ਪਰ ਕਾਲਾ ਲਿਆਂਦਾ ਤਾਂ ਕਿ ਸਾਰੇ ਹਿੱਕੇ ਰੰਗ ਨੇ ਫਿਰ ਨਜ਼ਰ ਲੱਗ ਜਾਂਦੀ ਹੈ ਤੇ ਵਿੱਚ ਕੋਈ ਫਨੀਅਰ ਹੋਣਾ ਚਾਹੀਦਾ ਹੈ। ਠੀਕ ਹੈ ਨਾ, ਨਜ਼ਰ ਛਦਰ ਨਾ ਲੱਗੇ। ਥੋੜਾ ਕੋਈ ਵੀ ਹੋਵੇ ਜਾਨਵਰ ਹੋਵੇ ਜਾਂ ਕੋਈ ਬੰਦਾ ਕੁਛ ਹੋਣਾ ਹੋਵੇ ਤਾਂ ਇੱਥੇ ਨਿਸ਼ਾਨ ਚਲਾਏ ਨੇ ਕਿਤਾ ਇੱਥੇ ਮਾਈਆਂ ਨਿਸ਼ਾਨ ਪਰ ਨਜ਼ਰ ਨਾ ਲੱਗ ਸੀ ਅੱਜ ਦੀ ਲਾੜ ਨੂੰ ਨਜ਼ਰ ਨਾ ਲੱਗ ਸੀ ਤਾਂ ਵਾਰੋ ਵਿੱਚ ਕਾਲਾ ਬੱਕਰਾ ਵੀ ਲਿਆਂਦਾ ਜਾਣਾ ਨਹੀਂ ਕਿਤੇ ਐਂਡ ਦੇ ਵਿਖੇ ਸਾਂ ਇਹ 8ਵੇਂ ਨੰਬਰ ਵਾਲਾ ਆ ਗਿਆ ਇਹ ਚੈੱਕ ਕਰ ਲਓ ਇਹ ਖੀਰੇ ਨੇ ਸਾਰੇ ਖੀਰੇ ਇਹ ਵੀ 5 ਤੋਂ 6 ਮਹੀਨਾ ਦਾ ਹੈ ਤਕਰੀਬਨ 6 ਨਾ ਲਾ 5 ਮਹੀਨੇ ਲਾ 5 ਮਹੀਨਾ ਦਾ ਯਾ ਵੇਖ ਲੈ 2025 ਨੂੰ ਵਾਲੀ ਬੜੇ ਦੇ ਪਏ ਨਹੀਂ ਇਨਸ਼ਾਅੱਲਾ ਤਿਆਰ ਹੋ ਸੀ ਅਗਰ ਖੁਰਾਕ ਦੇ ਸੇ ਜਾਨਵਰ ਨੂੰ ਤਾਂ ਇਹ ਵੀ ਤੋੜ ਕੇ ਦਿਖਾ ਦੇਣਾ ਮੁਫਤ ਸਾ ਟਾਈਮ ਦੇ ਚੱਲ ਬਈ ਇਹ ਵੇਖ ਲੈ 9ਵੇਂ ਨੰਬਰ ਵਾਲਾ ਆ ਗਿਆ 9ਵੇਂ ਨੰਬਰ ਵਾਲਾ ਚੀਨਾ ਲੰਬੇ ਕੰਨਾਂ ਚ ਨਾ ਬਣਾਉਣ ਵਾਲੀਆਂ ਛਈਆਂ ਔਰ ਅੱਗੇ ਜਨਾਬ ਇਹ ਵੀ ਦੱਸਦੇ ਹਾਂ ਕਿ 9ਵੇਂ ਮਹੀਨੇ ਦੇ ਵਿੱਚ ਨਾ PPR ਵੀ ਆ ਜਾਂਦੀ ਜੇ ਇਹ ਵੀ ਤੇ ਤੁਹਾਨੂੰ ਦੱਸ ਦੇਵਾਂ ਤੇ ਜਿਹੜਾ ਦੋਸਤ ਮੇਰੇ ਕੋਲ 14 ਬੱਕਰਾ ਲਈ ਸੀ ਉਹਨੂੰ ਵੈਕਸੀਨ ਕਰਵਾ ਕੇ ਦੇਤਾ ਇਹ ਆਫਰ ਹੈ ਭਾਈ ਉਹ ਦੋਸਤਾਂ ਵਾਸਤੇ ਆਫਰਾਂ ਤਾਂ ਬੜੀਆਂ ਹਨ ਕੋਈ ਲਵੇ ਤਾਂ ਸਹੀ ਜਾਨਵਰ ਨੂੰ ਸਾਰੀਆਂ ਆਫਰਾਂ ਮਿਲ ਸਨ ਜਨਾਬ ਡਿਸਕਾਊਂਟ ਮਿਲ ਸੀ ਵੈਕਸੀਨ ਵੀ ਜਨਾਬ ਕਰਾ ਕੇ ਦੇਤਾ ਬਕਾਇਦਾ ਵੀਡੀਓ ਬਣਿਆ ਸਾਂ ਡਾਕਟਰ ਨੂੰ ਬੁਲਵਾ ਕੇ ਆ ਵੇਖੋ PPR ਦੀ ਵੈਕਸੀਨ ਹੀ ਕਰਾ ਦੇ ਰਹੇ ਤੇ ਫਰੀ ਕਰਾ ਦਿੱਤਾ ਹੈ ਹਾਲਾਂਕਿ ਬੜੀ ਮਹਿੰਗੀ ਵੈਕਸੀਨ ਹੈ ਠੀਕ ਹੈ ਉਹ ਕਰਾ ਦੇ ਦਿੱਤਾ ਹੈ ਇਹ 9ਵੇਂ ਨੰਬਰ ਵਾਲਾ ਹੈ ਇਹ ਵੀ ਤੋੜ ਕੇ ਦਿਖੇ ਨਾ ਚੈੱਕ ਕਰੋ ਅਹੀਂ ਚੱਪ ਗਈ ਅਹੀਂ ਖੈਰ ਤੇਰੀ ਖੈਰ ਇੱਧਰ ਚੱਲ 9ਵੇਂ ਨੰਬਰ ਵਾਲਾ ਹੁਣ ਆ ਗਈ ਹੋਈ ਠੀਕ ਹੈ ਸਟੈਪ ਬਾਏ ਸਟੈਪ ਫੇਕ ਇੱਕ ਜਾਨਵਰ ਤੁਹਾਨੂੰ ਦਿਖਾਉਂਦਾ ਵੀ ਇਹ 10ਵੇਂ ਨੰਬਰ ਵਾਲਾ ਪਿਛਾ ਰਹਿ ਕੇ ਨਹੀਂ 4 ਇੰਤਜ਼ਾਰ ਕਰੇ ਜਾਵੇ ਨਾ ਕਿਰਾਈ ਕਾਲਾ ਬਲੈਕ ਬਕਰਾ ਦੇ ਵਿਖੇ ਸਾਂ ਬਲੈਕ ਵੀ ਤਲ ਤੇ ਸਸਤੀ ਆਫਰ 35,000 ਡਿਮਾਂਡ ਕੀ ਦੀ 32,000 ਆਖਾ ਜਿਹੜਾ ਪਹਿਲੇ ਕਾਰ ਤੁਸੀਂ ਮੋੜ ਆਖਦਾ ਪਈਆਂ 20ਵੇਂ ਨੰਬਰ ਤੇ ਬੰਦਾ ਕਾਲ ਕਰਦਾ ਹੁੰਦਾ ਮੇਰੀ ਪਹਿਲੇ ਕਾਲ ਉਹ ਕੰਮ ਨਾ ਕਰਿਆ ਠੀਕ ਹੈ ਜਿਹੜਾ ਪਹਿਲੇ ਕਾਲ ਕਰਸੀ ਇਨਸ਼ਾਅੱਲਾ ਡਿਸਕਾਊਂਟ ਹੋ ਸੀ ਯਾਦ ਰੱਖੀ ਤੋਹਫੇ ਇਹ ਵੀ ਆ 10ਵੇਂ ਨੰਬਰ ਵਾਲਾ ਤੇ ਉਮਰ 5 ਮਹੀਨੇ 7 ਮਹੀਨੇ 5 ਮਹੀਨੇ ਇਹ ਇਹਨਾਂ ਦੀ ਉਮਰ ਹੈ ਭਾਈ 10ਵੇਂ ਨੰਬਰ ਵਾਲਾ ਆ ਗਿਆ ਤੇ ਲੈ ਆ ਭਾਈ 11ਵੇਂ ਨੰਬਰ ਵਾਲਾ ਲਿਆ ਤੇ ਇਹ ਵੀ ਤੋੜ ਕੇ ਦਿਖਾਣਾ ਹੈ ਦੋਸਤਾ ਇੱਧਰ ਵੇਖ ਇਹ ਹੀ ਤੋਹਫਾ ਹੈ ਸੋਨਾ ਲਿਆਂਦਾ ਤੇਰੇ ਵਾਸਤੇ ਬੱਕਰਾ ਯਾਦ ਰੱਖੇ ਠੀਕ ਹੈ ਬਗੈਰ ਜਨਾਬ ਸਿੰਘਾਂ ਤੋਂ ਆ ਨਾ ਨਾ ਕਬਾਲ ਸਾਰੇ ਡਰਦੇ ਨੇ ਸਿੰਘ ਮਾਰਦੇ ਨੇ ਬੱਕਰੇ ਹੈ ਨਾ ਇਹ ਮਾਰਨ ਵਾਲਾ ਹੀ ਤੇ ਨਾ ਇਹਦੇ ਸਿੰਘ ਨਹੀਂ ਦੋ ਆਫਰਾਂ ਇਹਦੇ 'ਚ ਨਹੀਂ ਪਏ ਤ੍ਰੀਏ ਨੰਬਰ ਤੇ ਆਫਰ ਹੀ 35,000 ਵਾਲੀ ਹੈ ਜੀ 32,000 ਆਖਾ ਤੇ ਇਸਨੂੰ ਗਾਡ ਕਰਤਾ ਹੂੰ ਆ ਗੋਨਾ ਲਈ ਸਦਾ ਯਾਦ ਰੱਖੇ ਬੱਕਰਾ ਚੰਗਾ ਬੱਕਰਾ ਹੀ ਪਿਆ ਮੱਖੀ ਚੀਨਾ ਇਹ ਵੀ 5 ਮਹੀਨਾ ਦਾ ਹੀ ਪਿਆ ਇੱਧੇ ਦੇ ਕੰਨ ਇਹਦੇ ਸੋਹਣਾ ਤੇ ਮੋਟਾ ਤਾਜ਼ਾ ਬਣਾਉਣ ਵਾਲਾ ਇਹ ਵੀ ਦਿਖਾ ਦੇ 11ਵਾਂ ਨੰਬਰ ਹੈ ਇਹ 11ਵਾਂ ਨੰਬਰ ਤੇ ਹੈਗੀ ਹੋਈ ਚੱਲ ਬਾਈ ਇਹ ਗੋਨਾ ਕੀ ਹੋਈ ਆ ਨਾ ਨਾ ਕਮੈਂ ਲੂਆ ਹੀ ਹੋਵੇ ਗੋਨਾ ਜੋੜਾ ਚਲੋ ਗੋਨਾ ਨਾ ਤਾਂ ਹੋਵੇ ਹੀ ਸਹੀ ਇੱਕ ਗੋਨ ਨੂੰ ਕੀ ਕਰਨਾ ਹੈ ਆ ਦੂਆ ਗੋਨਾ ਹੀ ਆ ਗਈ ਹੋਈ ਦੋ ਬੱਕਰੇ ਗੋਨੇ ਮੁਕਤ ਸਿਰ ਪਾ ਕੇ ਜਾ ਜੋੜਾ ਦਿਸਾਉ ਜੋੜਾ ਲਈ ਸੇ ਤੇ ਸਸਤਾ ਜੋੜਾ ਦਿਸਾਉ ਐਸ਼ ਕਰਸੇ ਆਫਰ ਦੇ ਵਿੱਚ ਬਾਹਰ ਕੱਢ ਤੇ ਰਹਿਣ ਦੇ ਸਾਂ ਗੱਟ ਕਰਤੇ ਇਹ ਵੀ ਗੋਨਾ 5 ਮਹੀਨਾ ਦਾ ਹੀ ਪਿਆ ਇਹ ਵੀ ਵਿਖਾ 12 ਹੋ ਗਏ ਪਿਛਾ ਰਹਿ ਗਿਆ ਨੀ ਦੋ ਇੱਕ ਵੱਖੀ ਚੀਨਾ ਦੇ ਇੱਕ ਬਲੈਕ ਦਿੱਤਾ ਚੱਲ ਬਈ ਗੋਨਿਆ ਐ ਤੇਰੀ ਖੈਰ ਲਓ ਜੀ 6ਵੇਂ ਨੰਬਰ ਵਾਲਾ ਇੰਤਜ਼ਾਰ ਦੀਆਂ ਗੜੀਆਂ ਖਤਮ ਇਹ ਵੀ 5 ਮਹੀਨਾ ਦਾ ਹੀ ਮੱਖੀ ਚੀਨਾ 10 ਬੱਕਰੇ ਤਾਂ ਹਿੱਕੇ ਰੰਗ ਦੇ ਵੀ ਖਾਏ ਨੀ 10 ਬੱਕਰੇ 10 ਲੈਥੇ ਫਿਰ ਵੀ ਰੈਡ ਮੁਨਾਸਿਬ ਸਹੀ 14 ਲੈਥੇ ਜੇ ਹੋਰ ਮੁਨਾਸਿਬ ਸਹੀ ਪਿਆ 5 ਮਹੀਨਾ ਦਾ ਤੇ 13ਵੇਂ ਨੰਬਰ ਵਾਲਾ ਬੱਕਰਾ ਹੁਣ ਅੱਗੇ ਤੇ ਵਿਖੇਣਾ 6 ਮਹੀਨਾ ਦਾ ਬਲੈਕ ਵੀ ਤਲ ਜਿਹੜਾ ਆਖਾ ਹੀ ਨਾ ਕਹਿਣ ਦੇ ਵਿਖੇ ਸਾਂ 13 ਮੱਖੀ ਚੀਨਾ ਤੇ 14 ਬਲੈਕ ਵੀ ਤਲ ਇਹ ਵੀ ਤੋੜ ਕੇ ਵਿਖੇਣਾ ਤੇ ਲਿਆ ਬਈ ਲਿਆ ਬਲੈਕ ਵੀ ਤਲ ਵਿਖਾ ਵੀ
ਇੰਤਜ਼ਾਰ ਦੀਆਂ ਗੜੀਆਂ ਖਤਮ। ਚਿੱਟੀ ਅੱਖ ਦੇ ਵਿੱਚ ਬਲੈਕ ਬੀਤਲ, 6 ਮਹੀਨਿਆਂ ਦਾ ਬੱਕਰਾ, 6 ਮਹੀਨਿਆਂ ਦਾ ਬਲੈਕ ਬੀਤਲ ਆ ਗਈ ਤੇ ਬਣਨ ਵਾਲੀ ਸ਼ਾਇਦ ਮਾਸ਼ਾਅੱਲਾ। ਇੱਥੇ ਵੇਖਿਆ ਨਾ ਕਦ ਕਿੱਥੇ ਜਾਂਦਾ ਪਿਆ ਇਹਦਾ, ਐਂ ਜਿਹਦੀਆਂ ਬਲਾ ਬਲਾਗੇ ਖਲਾਣਾ ਅੱਖ ਦੇ ਵਿੱਚ ਵੇਖਿਆ ਨਾ, ਚਿੱਟੀ ਅੱਖ ਦੇ ਵਿੱਚ ਸੋਹਣਾ ਲੱਗਦਾ, ਕਾਲਾ ਰੰਗ ਹੋਵੇ ਤੇ ਚਿੱਟੀ ਅੱਖ ਹੋਵੇ ਸੋਹਣਾ ਲੱਗਦਾ। 6ਵੇਂ ਇਹ ਆ 14ਵੇਂ ਨੰਬਰ ਵਾਲਾ ਲਾਸਟ ਬੱਕਰਾ ਤੈਨੂੰ ਵਿਖੇਂਦਾ ਪਿਓ, ਲਾਸਟ ਬਲੈਕ ਬੀਤਲ ਕੱਲਾ ਲਈ ਸਹੀ ਤੇ ਕੱਲਾ ਡੀ ਜੀ ਸਹੀ, ਇਹ ਨਹੀਂ ਕਿ ਸਾਰੇ ਲਈ ਸੇ ਤਾਂ ਡੀ ਸਹੀ, ਇਹ ਵੀ ਤੋੜ ਕੇ ਵੀ ਖਾ ਦਿੰਦੇ। ਚੱਲ ਬਾਈ ਚੱਲ ਬਾਈ ਚੱਲ ਬਾਈ।